ਪਰ ਜਿਸ ਵੇਲੇ ਮੈਂ ਖੇਤੀ ਵਾਲੇ ਬਲਦ ਜੋੜਿਓ ਹੁੰਦੇ ਸੀ ਹੈ ਨਾ ਹਾਂਜੀ ਤਾਂ ਲੋਕ ਸਾਈਕਲਾਂ ਤੇ ਜਾਂਦੇ ਖੜੇ ਹੋ ਕੇ ਸੁਆਗਾ ਦਿੰਦੇ ਨੂੰ ਦੇਖਦੇ ਹੁੰਦੇ ਸੀ ਉਸ ਮੈਂ ਜ਼ਿੰਦਗੀ ਵਿੱਚ ਲਿਆ ਕੇ ਝੋਲਾ ਕੀਲੀ ਨਾਲ ਡੰਗ ਦੇਣਾ ਝੋਲਾ ਨਾ ਤਾਂ ਕਦੇ ਵੀ ਖੋਲਿਆ ਨਾ ਖੋਲੀ ਸੀ ਕਿਤਾਬ ਤੁਹਾਨੂੰ ਬਣਾਉਂਦੇ ਡਾਕਟਰ ਡਾਕਟਰ ਬਹੁਤ ਆਉਂਦੇ ਡਾਕਟਰ ਬਣ ਗਏ ਬਹੁਤ ਤੇ ਤੁਹਾਡੇ ਪਹਿਲੇ ਤਿੰਨ ਨੰਬਰ ਹਾਂਜੀ ਵੱਡੀ ਗੱਲ ਨਹੀਂ ਬਹੁਤੀ ਵੱਡੀ ਗੱਲ ਆ ਉਹ ਖੇਡ ਚ ਚੌਧਰੀ ਹੋਵੇ ਉਹ ਖੇਡ ਚ ਛਿੰਦਾਬਾਈ ਹੋਵੇ ਉਹ ਖੇਡ ਚ ਢੰਡਾਰੀ ਵਾਲੇ ਹੋਣ ਉਹ ਖੇਡ ਚ ਗਿੱਲ ਹੋਵੇ ਉਹ ਚ ਗੁੱਡੂ ਹੋਵੇ ਉਹਦੇ ਚ ਸਾਰੇ ਬੰਦੇ ਤੇ ਤੁਸੀਂ ਉਹਨਾਂ ਦੀ ਤਾਂ ਉਦੋਂ ਬਹੁਤ ਵੱਡੀ ਗੁੱਡੀ ਸੀ ਬਹੁਤ ਚੜਾਈ ਸਾਰੇ ਬਾਲ ਟੌਪ ਚ ਚੱਲਦੇ ਸੀ ਲੋਕ ਹੁਣ ਥੋੜੇ ਜਿਹੇ ਅਜੈਸ਼ੀ ਚ ਆ ਗਏ ਆ ਕੁਛ ਇੱਕ ਮੁੰਡਿਆਂ ਨੂੰ ਸ਼ੌਂਕ ਹੈਗੇ ਆ ਸ਼ੌਂਕ ਇਹ ਆ ਵੀ ਇੱਧਰ ਦਾ ਵੀ ਰੱਖਣਾ ਤਾਂ ਉੱਧਰ ਦਾ ਵੀ ਰੱਖਣਾ ਅੱਛਾ ਇਹ ਸ਼ੌਂਕ ਨਹੀਂ ਹੁੰਦੇ ਹਾਂਜੀ ਤਕੜਿਆਂ ਤਾਂ ਜੱਫੀਆਂ ਜੀ ਸਾਰੇ ਪਾ ਲੈਂਦੇ ਆ ਜਿਹੜਾ ਮਾੜੇ ਦੀ ਬਾਂਹ ਫੜਦਾ ਉਹਦੀ ਪਰਮਾਤਮਾ ਫੜਦਾ ਨਗਰ ਵਾਲੇ ਆਏ ਬੱਚਾ ਮੇਰਾ ਇੱਦਾਂ ਫੜਿਆ ਆ ਉਹਨੂੰ ਪਾਣੀ ਵੀ ਨਹੀਂ ਕਿਸੇ ਨੇ ਦਿੱਤਾ ਕੁਛ ਵੀ ਨਹੀਂ ਦਿੱਤਾ ਉਹ ਆਪਣੇ ਵਾਲੇ ਦੀ ਤਿੰਨ ਜਾਣੇ ਮਾਲ ਚਕਾਨ ਰੱਖਿਓ ਅਮਰੀ ਰੱਖਿਓ ਮੈਂ ਜ਼ਿੰਦਗੀ 'ਚ ਕਿਸੇ ਪਸ਼ੂ ਦੇ ਹੱਥ ਪੈਰ ਨਹੀਂ ਮਲੇ ਕਦੇ ਉਹ ਟਰੈਕਟਰ ਨਾਲ ਠੋਕ ਕੇ ਵਾਹ ਕੇ ਆਉਣਾ ਦੋਰ ਪਾ ਕੇ ਤਾਂ ਮਗਰ ਫਿਰ ਸੁਆਗਾ ਲਿਜਾ ਕੇ ਚੱਪਾ ਤਾਂ ਉਹ ਜਿੱਦਾਂ ਸੜਕ 'ਤੇ ਫਿਰ ਮੋਟਰਸਾਈਕਲ ਘੁੰਮਦਾ ਇੱਦਾਂ ਖੇਤ 'ਚ 15 ਮਿੰਟਾਂ 'ਚ ਸੁਆਗਾ ਫੇਰ ਦਿੰਦੇ ਸੀ ਪੱਗਾ ਲਿਆ ਕੇ ਬਾਲ ਜੋੜ ਦਿੱਤਾ ਮੈਂ ਪਾਣੀ ਲੈ ਕੇ ਆਇਆ ਕਹਿੰਦੇ ਜਿੱਤ ਕੇ ਆਏ ਨੂੰ ਦੇਣਾ ਪਾਣੀ ਨਹੀਂ ਦੇਣਾ ਜਿੱਤ ਕੇ ਆਏ ਨੂੰ ਦੇਈ ਜਾਈ ਪਾਣੀ ਕਹਿੰਦਾ ਪਰੇ ਰੱਖ ਦੇ ਮੈਂ ਨਾਲ ਪਰੇ ਰੱਖ ਦਿੱਤੀ ਜੋਤ ਲਾ ਬੂਹੇ ਦੇ ਜੋਤ ਲਾ ਕੇ ਛੱਡ ਦਿੱਤੇ 5 ਸਕਿੰਟ ਚੱਕ ਕੇ ਫਿਰ ਪਰੇ ਰੱਖ ਦਿੱਤੇ ਥੈਂ ਜਾ ਕੇ ਥੈਂ ਭੱਜ ਗਿਆ 32 ਖੇਤ ਬਿਨਾਂ ਜੋਤ ਖੁੱਲੀ ਤੋਂ ਲਾਇਓ ਉਹ ਸਰਪੰਚ ਕਹਿੰਦਾ ਯਾਰ ਤੇਰੇ ਤੂੰ ਏਦਾਂ ਖਤਰਾ ਖਾਂਦੇ ਸੀ ਮੈਨੂੰ ਅਲੋਟਮੈਂਟ ਕੀਤੀ ਮੇਰੇ ਕੋਲ ਨੂੰ ਆ ਮੇਰੀ ਗੱਲ ਸੁਣ ਕੇ ਜਾ ਜ਼ਰਾ ਕਹਿੰਦਾ ਦੁਬਾਰਾ ਜੋੜਨ 'ਤੇ ਬੰਦੀ ਲਾਉਂਦੇ ਸੀ 30 ਵਾਰੀ ਵੀ ਜੋੜਨੇ ਕਰ ਦਵਾਂ ਮੈਂ ਕਿਹਾ ਪਰ ਮੈਂ ਨਹੀਂ ਜੋੜਨਾ ਜੁੜਿਓ ਜੜਾ ਦੇ ਮੇਰੇ ਵੱਲ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਹੀ ਦੋ ਜਿੱਤੇ ਫੜਾਂ ਜੁੜਿਓ ਜੜਾ ਦੇ ਦੋ ਮੇਲੇ ਹੋਣ ਤਾਂ ਵੀ ਦੋ ਦੋ ਵਾਰੀ ਜੋੜਨਾ 4 ਵਾਰੀ ਤਾਂ ਬਹੁਤ ਭੱਜਿਆ ਪਰ ਇੱਕ ਦਿਨ ਅਸੀਂ 5 ਵਾਰੀ ਵੀ ਭਜਾ ਸਾਹਿਬ ਮੈਂ ਨਾ ਸੱਚੀ ਮੁੱਚੀ ਤੁਹਾਡੇ ਚਰਨਾਂ 'ਚ ਹੀ ਪੈਣਾ